ਨੋਰਮਲ ਮਿਨੀਮਮ ਟੈਂਪਰੇਚਰ 5.4 ਡਿਗਰੀ ਸੈਲਸੀਅਸ ਇਹ ਨੀਅਰ ਨੋਰਮਲ ਚੱਲ ਰਿਹਾ, ਬਟ ਫੇਸ ਕਾਫੀ ਕੂਲ ਚੱਲ ਰਹੇ ਨੇ ਉਹਦੇ ਕਰਕੇ ਉਹਦੇ ਤੋਂ ਬਿਨਾਂ ਧੁੱਪ ਪ੍ਰਕੋਪ ਵੀ ਹਲੇ ਕਾਫੀ ਸਰਵਿਸ ਜਾ ਰਹੀ ਹੈ ਔਰ ਆਉਣ ਵਾਲੇ ਦੋ ਤਿੰਨ ਦਿਨ ਹਲੇ ਵੀ ਜਿਹੜਾ ਸੰਨੀ ਤੋਂ ਕਾਫੀ ਸੰਨੀ ਹੁੰਦੇ ਕਾਫੀ ਸਰਵਿਸ ਹੋ ਸਕਦੀ। ਪੰਜਾਬ ਦੇ ਵਿੱਚ ਸੰਘਣੀ ਧੁੰਦ ਅਤੇ ਠੰਡ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਨੂੰ ਲੈ ਕੇ ਅੱਜ ਮੌਸਮ ਵਿਭਾਗ ਵੱਲੋਂ ਜਿੱਥੇ ਔਰੰਜ ਅਲਰਟ ਜਾਰੀ ਕੀਤਾ ਗਿਆ, ਤਾਂ ਉੱਥੇ ਹੀ ਦੂਜੇ ਪਾਸੇ ਕੱਲ੍ਹ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ। ਪੰਜਾਬ ਦੇ ਵਿੱਚ ਠੰਡ ਕੜਾਕੇ ਦੀ ਪੈ ਰਹੀ ਹੈ ਅਤੇ ਟੈਂਪਰੇਚਰ ਨੇ ਵੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ ਨੇ। ਕੱਲ੍ਹ ਲੁਧਿਆਣਾ ਦੇ ਵੱਧ ਤੋਂ ਵੱਧ ਟੈਂਪਰੇਚਰ 11 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਪਿਛਲੇ 50 ਸਾਲਾਂ ਦੇ ਵਿੱਚ ਤੀਜੀ ਵਾਰ ਹੈ। ਇਸ ਤੋਂ ਇਲਾਵਾ ਮੌਸਮ ਵਿਗਿਆਨੀ ਡਾਕਟਰ PK ਕਿੰਗਰਾ ਨੇ ਹੋਰ ਕੀ ਕਿਹਾ, ਤੁਸੀਂ ਵੀ ਸੁਣੋ ਜੀ। ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਾਫੀ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਬਣੀਆਂ ਹੋਈਆਂ ਨੇ, ਡੇ ਟਾਈਮ ਟੈਂਪਰੇਚਰ ਕਾਫੀ ਨੋਰਮਲ ਤੋਂ ਨੀਚੇ ਚੱਲ ਰਿਹਾ, ਸੋ ਉਹਦੇ ਕਰਕੇ ਠੰਡ ਕਾਫੀ ਜ਼ਿਆਦਾ ਵਧੀ ਹੋਈ ਹੈ। ਜੇ ਅਸੀਂ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ ਦੇਖੀਏ ਤਾਂ ਕੱਲ੍ਹ 11 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 17.6 ਡਿਗਰੀ ਸੈਂਟੀਗ੍ਰੇਡ ਸੀ, ਸੋ ਲਗਭਗ 6.6 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਨੀਚੇ ਰਿਹਾ। ਔਰ ਜੇ ਅਸੀਂ 1970 ਤੋਂ ਹੁਣ ਤੱਕ ਦਾ ਰਿਕਾਰਡ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਇਹ 1970 ਤੋਂ ਲੈ ਕੇ ਜਿਹੜਾ ਥਰਡ ਹਾਈਐਸਟ ਡੇ ਟਾਈਮ ਟੈਂਪਰੇਚਰ 7 ਜਨਵਰੀ ਦਾ ਰਿਕਾਰਡ ਕੀਤਾ ਗਿਆ, ਸੋ ਇਹਦੇ ਕਰਕੇ ਕਾਫੀ ਜਿਹੜੀਆਂ ਕੋਲਡ ਡੇ ਕੰਡੀਸ਼ਨ ਚੱਲ ਰਹੀਆਂ ਨੇ। ਬਟ ਨਾਈਟ ਟਾਈਮ ਟੈਂਪਰੇਚਰ ਜੋ ਹੈ ਉਹ ਨੀਅਰ ਨੋਰਮਲ ਚੱਲ ਰਿਹਾ ਜੀ। ਅੱਜ ਦਾ ਜੋ ਮਿਨੀਮਮ ਟੈਂਪਰੇਚਰ 5.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 5.4 ਡਿਗਰੀ ਸੈਂਟੀਗ੍ਰੇਡ ਹੈ, ਸੋ ਇਹ ਨੀਅਰ ਨੋਰਮਲ ਚੱਲ ਰਿਹਾ, ਬਟ ਡੇਜ਼ ਕਾਫੀ ਕੋਲਡ ਚੱਲ ਰਹੇ ਨੇ ਉਹਦੇ ਕਰਕੇ ਠੰਡ ਕਾਫੀ ਵਧੀ ਹੋਈ ਹੈ। ਇਹਦੇ ਤੋਂ ਬਿਨਾਂ ਧੁੰਦ ਦਾ ਪ੍ਰਕੋਪ ਵੀ ਹਲੇ ਕਾਫੀ ਹਿੱਸਿਆਂ ਵਿੱਚ ਜਾਰੀ ਹੈ ਔਰ ਆਉਣ ਵਾਲੇ ਦੋ ਤਿੰਨ ਦਿਨ ਹਲੇ ਵੀ ਜਿਹੜਾ ਸੰਘਣੀ ਤੋਂ ਕਾਫੀ ਸੰਘਣੀ ਧੁੰਦ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ। ਇਹਦੇ ਵਾਸਤੇ ਅੱਜ IMD ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਔਰ ਕੱਲ੍ਹ ਵਾਸਤੇ ਯੈਲੋ ਅਲਰਟ ਹੈ, ਉਹਦੇ ਤੋਂ ਬਾਅਦ 10 ਤਰੀਕ ਤੋਂ ਕੰਡੀਸ਼ਨ ਥੋੜ੍ਹੀਆਂ ਇੰਪਰੂਵ ਹੋ ਸਕਦੀਆਂ ਨੇ। ਬਿਲਕੁਲ ਜੀ, ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ ਜਿਹੜੀ ਡੈਂਸ ਟੂ ਵੈਰੀ ਡੈਂਸ ਫੋਗ ਔਰ ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਹੀ, ਉਹਦੇ ਕਰਕੇ ਜਿਹੜਾ ਔਰੇਂਜ ਅਲਰਟ IMD ਵੱਲੋਂ ਅੱਜ ਜਾਰੀ ਕੀਤਾ ਗਿਆ ਔਰ ਕੱਲ੍ਹ ਵਾਸਤੇ ਯੈਲੋ ਅਲਰਟ। ਅਸੀਂ ਦੇਖਿਆ ਕਿ ਪਿਛਲੇ 1-2 ਦਿਨਾਂ ਤੋਂ ਇੱਕ ਜਿਹੜਾ ਵੀਕ WD ਸਿਸਟਮ ਡਿਵੈਲਪ ਹੋ ਰਿਹਾ ਸੀ, ਉਹਦੇ ਕਰਕੇ ਅੱਜ ਕਿਤੇ ਬੱਦਲਬਾਈ ਵੀ ਹੈ, ਬਟ ਮੀਂਹ ਦੀ ਕੋਈ ਪ੍ਰੇਡਿਕਸ਼ਨ ਨਹੀਂ ਹੈ। ਟੈਂਪਰੇਚਰ ਦੇ ਵਿੱਚ ਕੋਈ ਸਿਗਨੀਫਿਕੈਂਟ ਚੇਂਜ ਹਲੇ ਨਹੀਂ ਐਕਸਪੈਕਟ ਕਰ ਰਹੇ, ਬਟ ਆ 2 ਦਿਨ ਜਿਹੜਾ ਥੋੜ੍ਹਾ ਇਫੈਕਟ ਹੈ ਉਹਦੇ ਤੋਂ ਬਾਅਦ 10 ਤਰੀਕ ਤੋਂ ਕੰਡੀਸ਼ਨ ਥੋੜ੍ਹੀਆਂ ਇੰਪਰੂਵ ਹੋ ਸਕਦੀਆਂ, ਉਹਦੇ ਨਾਲ ਡੇ ਟਾਈਮ ਟੈਂਪਰੇਚਰ ਜ਼ਰੂਰ ਥੋੜ੍ਹਾ ਰਾਈਜ਼ ਕਰ ਸਕਦਾ। ਬਿਲਕੁਲ ਜੀ, ਵੈਸੇ ਤਾਂ ਅਸੀਂ ਦੇਖੀਏ ਕਿ ਵੇਰੀਏਬਿਲਿਟੀ ਬਹੁਤ ਜ਼ਿਆਦਾ ਹੈਗੀ, ਅਸੀਂ ਪਿਛਲੇ ਸਾਲ ਵੀ ਇਹੋ ਜਿਹੇ ਕਾਫੀ ਹੈਗੇ ਨੇ, ਜਿਵੇਂ ਕੱਲ੍ਹ ਅਸੀਂ 7 ਜਨਵਰੀ ਦਾ ਜਿਹੜਾ 11 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਰਿਕਾਰਡ ਕੀਤਾ, 2013 ਦੇ ਵਿੱਚ 7.8 ਡਿਗਰੀ ਸੈਂਟੀਗ੍ਰੇਡ ਜਿਹੜਾ ਹਾਈਐਸਟ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਡੇ ਟਾਈਮ ਟੈਂਪਰੇਚਰ, ਸੋ ਵੇਰੀਏਬਿਲਿਟੀ ਟੈਂਪਰੇਚਰ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਹੈ ਇੱਕ ਤਾਂ, ਸੈਕੰਡਲੀ ਕਿਉਂਕਿ ਫੋਗੀ ਕੰਡੀਸ਼ਨਸ ਬਹੁਤ ਬਣੀਆਂ ਹੋਈਆਂ ਨੇ, ਅਸੀਂ ਸਵੇਰੇ ਦੇਖਦੇ ਹਾਂ ਈਵਨ ਸਾਨੂੰ ਮਿਸਟ ਵੀ ਲੱਗਦੀ ਹੈ ਥੋੜ੍ਹੀ ਜਿਹੀ, ਸੋ ਉਹਦੇ ਕਰਕੇ ਵੀ ਜਿਹੜਾ ਇਫੈਕਟ ਹੁੰਦਾ ਕਿ ਜਿਹੜੀ ਰੇਡੀਏਸ਼ਨ ਨਹੀਂ ਸਾਡੇ ਤੱਕ ਪਹੁੰਚਦੀ ਹੈਗੀ, ਸੋ ਕਿਉਂਕਿ ਜਦੋਂ ਸੋਲਰ ਰੇਡੀਏਸ਼ਨ ਦਿਨੇ ਨਹੀਂ ਸਨਸ਼ਾਈਨ ਆਵਰਸ ਹੁੰਦੇ
ਸੋ ਉਹਦੇ ਨਾਲ ਟੈਂਪਰੇਚਰ ਵਿੱਚ ਗਿਰਾਵਟ ਆਉਂਦੀ ਹੈ। ਸੋ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਫੋਗ ਬਹੁਤ ਹੋਣ ਕਰਕੇ ਸਨਸ਼ਾਈਨ ਆਰਸ ਨੀਅਰ ਜ਼ੀਰੋ ਰਹੇ ਨੇ। ਸੋ ਜਦੋਂ ਸਨਸ਼ਾਈਨ ਆਰਸ ਬਹੁਤ ਘੱਟ ਜਾਂਦੇ ਨੇ ਤਾਂ ਫਿਰ ਟੈਂਪਰੇਚਰ ਜਿਹੜਾ ਉਹ ਡਾਊਨ ਹੋ ਜਾਂਦਾ। ਦੇਖਿਆ ਕਿ ਇਸ ਵਕਤ ਜਿਹੜੀਆਂ ਹਵਾਵਾਂ ਵੀ ਆ ਉਹ ਬਹੁਤ ਹੀ ਜ਼ਿਆਦਾ ਤੇਜ਼ ਨਹੀਂ ਚੱਲ ਰਹੀਆਂ, ਨੋਰਮਲ ਚੱਲ ਰਹੀਆਂ, ਲੱਗਦਾ ਵੀ ਇਸ ਕਰਕੇ ਵੀ ਧੁੰਦ ਜਿਹੜੀ ਜ਼ਿਆਦਾ ਰਹਿੰਦੀ ਹੈ ਵੀ। ਬਿਲਕੁਲ ਜੀ, ਕਿਉਂਕਿ ਧੁੰਦ ਦੀਆਂ ਜੇ ਆਪਾਂ ਬੇਸਿਕ ਕੰਡੀਸ਼ਨ ਦੇਖੀਏ ਤਾਂ ਉਹਦਾ ਇਹੀ ਹੁੰਦਾ ਕਿ ਕਾਮ ਕੰਡੀਸ਼ਨ ਚਾਹੀਦੀਆਂ ਨੇ, ਹਵਾ ਜ਼ਿਆਦਾ ਨਹੀਂ ਚਾਹੀਦੀ ਔਰ ਕਲੀਅਰ ਚਾਹੀਦਾ, ਕਿਉਂਕਿ ਜਦੋਂ ਕਲਾਊਡੀ ਹੁੰਦਾ ਉਦੋਂ ਧੁੰਦ ਨਹੀਂ ਹੁੰਦੀ, ਉਦੋਂ ਰੇਡੀਏਸ਼ਨਲ ਕੂਲਿੰਗ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਕਲੀਅਰ ਕੰਡੀਸ਼ਨ ਹੁੰਦੀਆਂ ਨੇ ਔਰ ਕਾਮ ਕੰਡੀਸ਼ਨ ਚਾਹੀਦੀਆਂ ਨੇ, ਸਟੇਬਲ ਕੰਡੀਸ਼ਨ ਬਹੁਤ ਜ਼ਰੂਰੀ ਹੁੰਦੀਆਂ ਨੇ ਧੁੰਦ ਲਈ। ਸੋ ਇਹਨਾਂ ਦਿਨਾਂ ਵਿੱਚ ਜਦੋਂ ਸਟੇਬਲ ਕੰਡੀਸ਼ਨ ਡਿਵੈਲਪ ਹੁੰਦੀਆਂ ਨੇ ਤਾਂ ਹੀ ਧੁੰਦ ਜਿਹੜੀ ਉਹ ਹੁੰਦੀ ਹੈ।